ਪੜ੍ਹਦਾ ਸੀ ਪਿੰਡੀ ਅਤੇ ਛੋਟੀ ਭਾਬੀ ਨੇ ਮੈਨੂੰ ਕਿਹਾ ਕਿ ਤੂੰ ਗੋਭੀ ਲਿਆ ਦੇ ਮੈਨੂੰ ਇੱਕ ਫੁੱਲ। ਮੈਂ ਕਿਹਾ ਅੱਛਾ। ਮੈਂ ਪੈਸੇ ਲਿੱਤੇ ਬਾਈ ਗੁਲਾਮ ਅਹਿਮਦ ਸਾਹਿਬ ਦਾ ਸਾਈਕਲ ਚੱਕਿਆ, ਮਾਰਕੀਟ ਚਲਾ ਗਿਆ ਸਬਜ਼ੀ ਮੰਡੀ। ਸਬਜ਼ੀ ਮੰਡੀ ਦੇ ਵਿੱਚ ਬਹੁਤ ਦੁਕਾਨਾਂ ਸੀਗੀਆਂ, ਬਹੁਤ ਆਲਾ ਸਬਜ਼ੀ ਪਈ ਸੀ। ਇੱਕ ਦੁਕਾਨ 'ਤੇ ਜਿਹੜਾ ਸਭ ਤੋਂ ਬੜਾ ਫੁੱਲ ਸੀ ਨਾ ਪਿਆ, ਉਹ ਮੈਂ ਚੱਕਿਆ ਔਰ ਪੁੱਛਿਆ ਕਿੰਨੇ ਦਾ, ਕਹਿੰਦਾ 4 ਆਨੇ ਦਾ। ਉਹ ਮੈਂ ਕਿਹਾ 4 ਆਨੇ ਦਾ ਫੁੱਲ? ਉਹ ਅੱਗੇ ਬੜਾ ਤਿਕੜਮ ਬੰਦਾ, ਮੈਨੂੰ ਕਹਿੰਦਾ ਤੂੰ ਮੁਫਤ ਲੈ ਜਾ ਯਾਰ, ਮੁਫਤ ਲੈ ਜਾ। ਮੈਂ ਕਿਹਾ ਲਿਆ, ਮੈਂ ਫੜਿਆ ਸਾਈਕਲ ਵਿੱਚ ਰੱਖਿਆ ਹੋ ਗਿਆ।